दोस्तों नमस्कार, उद्यान एक्सप्रेस में आप सभी का स्वागत है। आम आदमी पार्टी के नेता दीप कंबोज ने आज सरकुलर रोड गली नंबर 5 में निर्माण कार्य का उद्घाटन किया। साथ ही उन्होंने कहा कि विकास कार्यों में भ्रष्टाचार को बर्दाश्त नहीं किया जाएगा। उन्होंने कहा कि यदि किसी की शिकायत आ गई तो काम को तुरंत रुकवा दिया जाएगा और भ्रष्टाचार की जांच करवाई जाएगी। उधर मोहल्ला निवासियों ने गली का काम शुरू होने पर खुशी जताई और कहा कि पिछले 5 वर्षों में गली का 3 बार उद्घाटन हुआ है, लेकिन तीनों ही बार गली को खोदकर छोड़ दिया गया, लेकिन गली नहीं बनाई गई। अब उन्हें उम्मीद है कि आपकी सरकार में उनकी गली का निर्माण कार्य पूरा हो जाएगा। ये जी सर्कुलर रोड की 5 नंबर गली है जी मेन, काफी समय तो ये भी पट्टी हुई सी। पहला मैं ये दस दा भी पिछली सरकार च 3 बारी इस गली का उद्घाटन किया गया इनू बनाने वास्ते, उस तो बाद फिर रुक जाती सी। ਤਾਂ ਇਹਨਾਂ ਦੀ ਵੀ ਪ੍ਰੋਬਲਮ ਸੀ ਕਾਫੀ ਸਮੇਂ ਤੋਂ, ਇਹਨਾਂ ਨੇ ਇਹ ਵੀ ਦੱਸ ਰਹੇ ਸੀ ਕਿਉਂਕਿ ਸਾਡਾ ਇੱਕ ਸਾਥੀ ਅਭਿਸ਼ੇਕ ਸਡਾਣਾ ਜੀ ਵੀ ਇਸ ਗਲੀ 'ਚ ਰਹਿੰਦੇ ਹੈ, ਤਾਂ ਬਹੁਤ ਦੇਰ ਤੋਂ ਦੱਸ ਰਹੇ ਸੀ ਕਿ ਸਾਡੀ ਗਲੀ ਪੱਟੀ ਹੋਈ ਹੈ। ਤਾਂ ਸਰਕਾਰ ਬਣਨ ਦੇ ਨਾਲ ਹੀ ਜਿੱਥੇ ਜਿੱਥੇ ਸਮੱਸਿਆਵਾਂ ਸੀ ਅਸੀਂ ਸਾਰੀਆਂ ਵਾਚ ਕੀਤੀਆਂ, ਜਿੱਥੇ ਜਿੱਥੇ ਕੰਮ ਸ਼ੁਰੂ ਹੋ ਸਕਦੇ ਸੀ ਸਾਰੇ ਆਫਿਸਰ ਸਾਹਿਬਾਨਾਂ ਨਾਲ ਗੱਲਬਾਤ ਕੀਤੀ। ਤਾਂ ਅੱਜ ਇਸ ਗਲੀ ਦਾ ਜਿਹੜਾ ਇਹਨੂੰ ਕੰਮ ਨੂੰ ਸ਼ੁਰੂ ਕਰਵਾਉਣ ਵਾਸਤੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ। 25 ਲੱਖ ਦਾ ਪ੍ਰੋਜੈਕਟ ਹੈ ਇਸ ਗਲੀ ਦਾ, ਤਾਂ ਜਿਹੜਾ ਉਹ ਕੰਮ ਹੈ ਇੱਥੇ ਅੱਜ ਜਿਹੜਾ ਸ਼ੁਰੂ ਕਰਵਾਉਣ ਵਾਸਤੇ ਅਸੀਂ ਸਾਰੇ ਪਹੁੰਚੇ। ਬਸ ਉਹੀ ਬੇਨਤੀ ਹੈ, ਅਧਿਕਾਰੀਆਂ ਨਾਲ ਵੀ ਸਾਰੀ ਗੱਲ ਹੋਈ, ਮੈਂ ਪਹਿਲਾਂ ਵੀ ਦੱਸਿਆ, ਠੇਕੇਦਾਰਾਂ ਨਾਲ ਵੀ ਸਾਰੀਆਂ ਗੱਲਾਂ ਹੋਈਆਂ ਕਿ ਇਸ ਤੋਂ ਪਹਿਲਾਂ ਜੋ ਵੀ ਚੱਲਦਾ ਸੀ ਪੁਰਾਣੀ ਸਰਕਾਰ 'ਚ ਉਹ ਠੀਕ ਹੈ, ਭ੍ਰਿਸ਼ਟਾਚਾਰ ਵੀ ਹੋਇਆ, ਜਿਹੜਾ ਮਟੀਰੀਅਲ ਵਰਤਣਾ ਸੀ ਨਹੀਂ ਵਰਤਿਆ ਗਿਆ, ਬਹੁਤ ਜਗ੍ਹਾ ਦਿੱਕਤਾਂ ਰਹੀਆਂ, ਪਰ ਹੁਣ ਇਹ ਬਿਲਕੁਲ ਨਹੀਂ ਹੋਇਆ ਗਾ। ਸਾਰਿਆਂ ਨੂੰ ਇਹਦੀਆਂ ਸਖ਼ਤ ਇੰਸਟਰਕਸ਼ਨ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਵੱਲੋਂ ਵੀ, ਅਤੇ ਅਸੀਂ ਵੀ ਲੋਕਲ ਲੈਵਲ 'ਤੇ ਸਾਰਾ ਦੇਖ ਰਹੇ ਹਾਂ। ਜੋ ਮਟੀਰੀਅਲ ਸਹੀ 1 ਨੰਬਰ 'ਚ ਹੈ ਉਹੀ ਸਾਰਾ ਲੱਗੇਗਾ, ਪੂਰੀ ਪ੍ਰੋਜੈਕਟ ਰਿਪੋਰਟ ਇੱਥੇ ਇਹਨਾਂ ਨੂੰ ਦੇ ਦਾਂਗੇ ਗਲੀ ਵਾਲਿਆਂ ਨੂੰ। ਇਹਨਾਂ ਨੇ ਪੂਰਾ ਧਿਆਨ ਰੱਖਣਾ, ਤੁਹਾਨੂੰ ਕਿਤੇ ਵੀ ਲੱਗੇਗੀ ਕੁਛ ਗਲਤ ਹੋ ਰਿਹਾ, ਟਾਈਲਾਂ ਸਹੀ ਨਹੀਂ, ਸੀਮਿੰਟ ਨਹੀਂ ਪਾਇਆ ਜਾ ਰਿਹਾ, ਰੇਤਾ, ਕਿਤੇ ਵੀ ਤੁਹਾਨੂੰ ਲੱਗਦਾ ਕਿਸੇ ਚੀਜ਼ ਦੀ ਕਮੀ ਹੈ ਦੱਸਣਾ ਇਹਨਾਂ ਨੇ, ਉਹਨੂੰ ਠੀਕ ਕਰਾਉਣ ਦੀ ਜ਼ਿੰਮੇਵਾਰੀ ਸਾਡੀ ਜੀ। ਪਹਿਲਾਂ ਤਾਂ ਭ੍ਰਿਸ਼ਟਾਚਾਰ ਦੇ ਭੇਟ ਹੀ ਚੜੀ ਵੀ ਸੀ ਜੀ, ਹੁਣ ਸਰਕਾਰ ਆਈ ਆਮ ਆਦਮੀ ਪਾਰਟੀ ਦੀ, ਦੀਪ ਕੰਬੋਜ ਜੀ ਨੂੰ ਅੱਜ ਰਿਕੁਐਸਟ ਕਰੀ ਸੀ ਸਾਰੇ ਮੁੱਲਾ ਵਾਸੀਆਂ ਵੱਲੋਂ ਕਿ ਆਓ ਅਤੇ ਇਸ ਗਲੀ ਨੂੰ ਦੇਖੋ, ਅਤੇ ਅੱਜ ਉਹ ਆਏ ਨੇ ਗਲੀ 'ਚ, ਅਤੇ ਨਾਲ ਦੀ ਨਾਲ ਹੀ ਸਾਰਾ ਆਪਣਾ ਉਦਘਾਟਨ ਚਾਲੂ ਕਰਤਾ ਜੀ। ਆਪਣਾ ਖੁਸ਼ੀ ਦੀ ਲਹਿਰ ਹੈ, ਸਾਰੇ ਆਪਣਾ ਗਲੀ ਦੇ ਸਾਰੇ ਬੰਦੇ ਖੁਸ਼ ਨੇ ਜੀ। ਅੱਜ 5-6 ਮਹੀਨੇ ਹੋ ਗਏ ਟੁੱਟੀ ਵੀ ਸੀ ਗਲੀ ਜੀ, ਅੱਜ ਆਪਣਾ ਭਾਈ ਸਾਹਿਬ ਨੇ ਜਿਵੇਂ ਕਿਹਾ ਬਿਨਾਂ ਭ੍ਰਿਸ਼ਟਾਚਾਰ ਤੋਂ ਇਹ ਬਹੁਤ ਵਧੀਆ ਮਟੀਰੀਅਲ ਨਾਲ ਗਲੀ ਬਣੂਗੀ, ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਿੱਧਾ ਦੀਪ ਜੀ ਨਾਲ ਕੰਟੈਕਟ ਕਰ ਸਕਦੇ ਨੇ, ਉਹ ਆਪਣਾ ਇਸ ਚੀਜ਼ ਦਾ ਸੁਧਾਰ ਕਰਾਉਣਗੇ। ਪਤਾ ਨਹੀਂ ਜੀ, ਇਹ ਤਾਂ ਜੀ ਪੋਲੀਟੀਕਲ ਕਰਕੇ ਰੁਕੀ ਹੋਈ ਸੀ ਆਪਣਾ, ਹੁਣ ਇਸ ਬਾਰੇ ਕੁਛ ਕਹਿ ਨਹੀਂ ਸਕਦੇ। ਚਲੋ ਅੱਜ ਖੁਸ਼ੀ ਹੈ ਜੀ, ਇਸ ਚੀਜ਼ ਦੀ ਖੁਸ਼ੀ ਹੈ ਕਿ ਅੱਜ ਬਣਨ ਚਾਲੂ ਹੋ ਗਈ ਜੀ।